ਭੋਲੇ ਨਾਥ ਦਾ ਸ਼ਿਵਲਿੰਗ, ਸ਼ਿਵਲਿੰਗ 'ਤੇ ਇੱਥੇ ਲੱਗੀ ਹੋਈ ਸੀ ਸਾਰੀ ਚਾਂਦੀ ਦੀ ਜਲਹਿਰੀ, ਜਲਹਿਰੀ ਪੱਟ ਕੇ ਲੈ ਗਏ, ਇਹਦੇ ਉੱਪਰ ਗਾਗਰ ਸੀ ਚਾਂਦੀ ਦੀ, ਚਾਂਦੀ ਦੀ ਗਾਗਰ ਲਾ ਕੇ ਲੈ ਗਏ। ਈਵਨ ਇਹ ਸ਼ਿਵਲਿੰਗ ਨੂੰ ਬਹੁਤ ਬੁਰੇ ਤਰੀਕੇ ਨਾਲ ਪੱਟ ਕੇ ਉਹਨਾਂ ਨੇ ਸਬਲਾਂ ਨਾਲ ਖੰਡਿਤ ਕਰਤਾ, ਔਰ ਕੈਮਰਿਆਂ 'ਤੇ ਮਤਲਬ ਸ਼ਿਵਲਿੰਗ ਨੂੰ ਚੱਕ ਕੇ ਸਾਈਡ 'ਤੇ ਰੱਖਤਾ। ਉਸ ਤੋਂ ਬਾਅਦ ਆ ਗੱਲੇ, ਗੱਲੇ ਤੋੜ ਕੇ, ਇਹ ਗੱਲੇ 'ਚ ਜੋ ਵੀ ਕੈਸ਼ ਸੀਗਾ ਇਹ ਸਾਰਾ ਕੈਸ਼ ਗੱਲੇ 'ਚ ਕੱਢ ਕੇ ਲੈ ਗਏ। ਜੈ ਸ਼੍ਰੀ ਰਾਮ, ਹਰ ਹਰ ਮਹਾਦੇਵ। ਮੈਂ ਸੁਨੀਲ ਕੁਮਾਰ ਬੰਟੀ, ਯੁਵਾ ਕੌਮੀ ਪ੍ਰਧਾਨ ਸ਼ਿਵ ਸੈਨਾ ਹਿੰਦੂ ਟਕਸਾਲੀ ਤੋਂ। ਦੋਸਤੋ, ਅੱਜ ਦਾ ਲਾਈਵ ਆਉਣ ਦਾ ਮਕਸਦ, ਤੁਹਾਨੂੰ ਪਹਿਲੇ ਇੱਕ ਵੀਡੀਓ ਦਿਖਾਉਣਾ। ਖੰਨੇ ਦੇ ਵਿੱਚ ਪ੍ਰਾਚੀਨ ਸ਼ਿਵਪੁਰੀ ਮੰਦਿਰ ਦੇ ਵਿੱਚ ਚੋਰਾਂ ਵੱਲੋਂ ਚੋਰੀ ਤਾਂ ਕੀਤੀ ਗਈ, ਚੋਰੀ ਦੇ ਨਾਲ ਭਗਵਾਨ ਸ਼ਿਵ ਭੋਲੇ ਜੀ ਦੇ ਸ਼ਿਵਲਿੰਗ ਦੀ ਬੇਅਦਬੀ ਕੀਤੀ ਗਈ, ਸ਼ਿਵਲਿੰਗ ਨੂੰ ਖੰਡਿਤ ਕੀਤਾ ਗਿਆ। ਇਹ ਬੜਾ ਇੱਕ ਸੋਚੀ ਸਾਚੀ ਸਾਜਿਸ਼ ਦੇ ਨਾਲ ਕੀਤਾ ਗਿਆ, ਕਿਉਂਕਿ ਚੋਰਾਂ ਦੀ ਜਿਹੜੀ ਮਨਸ਼ਾ ਹੁੰਦੀ ਹੈ ਉਹ ਸਿਰਫ ਚੋਰੀ ਕਰਨਾ ਹੁੰਦੀ ਹੈ, ਔਰ ਚੋਰਾਂ ਵੱਲੋਂ ਸ਼ਿਵਲਿੰਗ ਨੂੰ ਜਿਸ ਹਿਸਾਬ ਨਾਲ ਖੰਡਿਤ ਕੀਤਾ ਗਿਆ ਵਾ, ਇਹ ਸਾਫ ਜ਼ਾਹਿਰ ਹੁੰਦਾ ਵਾ ਕਿ ਬੇਅਦਬੀ ਕਰਨ ਆਏ ਸੀ, ਭਗਵਾਨ ਸ਼ਿਵ ਭੋਲੇ ਜੀ ਦੇ ਸ਼ਿਵਲਿੰਗ ਨੂੰ ਖੰਡਿਤ ਕਰਨ ਆਏ ਸੀ, ਔਰ ਮੰਦਰਾਂ ਨੂੰ ਟਾਰਗੇਟ ਕਰਨ ਆਏ ਸੀ। ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਭਾਰਤ ਦੇ ਵਿੱਚ ਸਾਉਣ ਦੇ ਮਹੀਨੇ ਦੇ ਵਿੱਚ ਭਗਵਾਨ ਸ਼ਿਵ ਭੋਲੇ ਜੀ ਦੀ ਪੂਜਾ ਅਰਚਨਾ ਹੋ ਰਹੀ ਹੈ, ਬੰਬ ਬੰਬ ਭੋਲੇ ਦੇ ਜਕਾਰੇ ਲੱਗ ਰਹੇ ਆ, ਉੱਥੇ ਐਸੀ ਘਟਨਾ ਹੋਣਾ ਬਹੁਤ ਨਿੰਦਣਿਆ ਹੈ। ਜਿੱਥੇ ਸਨਾਤਨੀਆਂ ਦੇ ਵਿੱਚ ਬੜਾ ਇੱਕ ਰੋਸ਼ ਹੈ, ਔਰ ਖੰਨੇ ਦੇ ਵਿੱਚ ਸਾਡੇ ਸਨਾਤਨੀ ਵੀਰ ਪ੍ਰਦਰਸ਼ਨ ਤੇ ਬੈਠੇ ਹੋਏ ਆ, ਔਰ ਰੋਡ ਵੀ ਜਾਮ ਕੀਤਾ ਹੋਇਆ ਵਾ, ਔਰ ਅਸੀਂ ਖੰਨਾ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਐਸੇ ਜਿਹੜੇ ਜਿਨ੍ਹਾਂ ਨੇ ਭਗਵਾਨ ਸ਼ਿਵ ਭੋਲੇ ਦੀ ਬੇਵੇ ਜੀ ਦੇ ਸ਼ਿਵਲਿੰਗ ਨੂੰ ਖੰਡਿਤ ਕੀਤਾ ਹੈ, ਐਸੇ ਪਾਪੀਆਂ ਦਾ ਜਿਹੜਾ ਸ਼ਰਮਨਾਸ਼ ਹੋਣਾ ਚਾਹੀਦਾ, ਐਸੇ ਪਾਪੀਆਂ ਨੂੰ ਕਿਸੇ ਵੀ ਕੀਮਤ 'ਚ ਬਖਸ਼ਣਾ ਨਹੀਂ ਚਾਹੀਦਾ, ਇਹਨਾਂ ਦੀ ਤੁਰੰਤ ਗ੍ਰਿਫਤਾਰੀ ਕਰਨੀ ਚਾਹੀਦੀ ਹੈ, ਔਰ ਜਲਦ ਤੋਂ ਜਲਦ ਇਹਨਾਂ ਦੀ ਗ੍ਰਿਫਤਾਰੀ ਹੋਵੇ, ਨਹੀਂ ਤਾਂ ਹਿੰਦੂ ਸਮਾਜ ਅੱਜ ਖੰਨੇ ਦੇ ਵਿੱਚ ਬੈਠਾ ਹੈ, ਉਹ ਟਾਈਮ ਦੂਰ ਨਹੀਂ ਕਿ ਪੂਰੇ ਪੰਜਾਬ ਨਹੀਂ ਭਾਰਤ ਵਰਸ਼ ਦੇ ਵਿੱਚ ਸਨਾਤਨੀ ਸੜਕਾਂ ਦੇ ਆਉਣ ਨੂੰ ਮਜਬੂਰ ਹੋਣਗੇ, ਔਰ ਸਾਡੀ ਅਪੀਲ ਹੈ ਕਿ ਜਲਦ ਤੋਂ ਜਲਦ ਐਸੇ ਪਾਪੀਆਂ ਨੂੰ ਤੁਰੰਤ ਫੜਿਆ ਜਾਵੇ, ਔਰ ਇਹਨਾਂ ਕੋਲ ਪਤਾ ਕੀਤਾ ਜਾਵੇ ਕਿਸ ਸਾਜਿਸ਼ ਦੇ ਨਾਲ ਸ਼ਿਵਲਿੰਗ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਜੈ ਸ਼੍ਰੀ ਰਾਮ, ਜੈ ਜੈ ਸ਼੍ਰੀ ਰਾਮ।